ਪਲਾਨ ਤਾਂ ਸੀਗਾ ਕਿ ਅੱਜ ਸਾਰਾ ਦਿਨ ਸਟ੍ਰੀਮ ਕਰਾਂਗੇ ਪਰ ਅੱਜ ਅਪਲੋਡਿੰਗ ਸਪੀਡ ਫੇਰ ਖਰਾਬ ਹੋਈ ਪਈ ਆ ਸੋ ਇਸ ਕਰਕੇ ਅਸੀਂ ਸੋਚਿਆ ਕਿ ਅਸੀਂ ਮੂਵੀ ਦੇਖਣ ਜਾਂਦੇ ਹਾਂ ਅਤੇ ਹੁਣ ਅਸੀਂ ਚੱਲੇ ਮੂਵੀ ਦੇਖਣ ਤੁਣਕਾ ਤੁਣਕਾ ਉੱਦਾਂ ਵੀ ਅੱਜ ਸੰਡੇ ਸੀਗਾ ਸੋ ਆਪਣੇ ਯਾਰਾਂ ਦੋਸਤਾਂ ਨਾਲ ਪਲਾਨ ਬਣਾ ਲਿਆ ਪਬਜੀ ਸਕੁਐਡ ਦਾ ਸੋ ਲੈਟਸ ਗੋ ਅਤੇ ਗੱਲ ਹੋ ਗਈ ਇੱਦਾਂ ਗੱਡੀ ਹੈ ਨਹੀਂ ਸੀਗੀ ਅਤੇ ਫਿਰ ਆਪਾਂ ਇੱਕ ਯਾਰ ਦੋਸਤ ਨੂੰ ਵਿਗਾੜ ਪਾਈ ਮੈਂ ਕਿਹਾ ਗੱਡੀ ਦੇ ਅਸੀਂ ਜਾਣਾ ਫਿਲਮ ਦੇਖਣ ਇੱਥੇ ਜਲੰਧਰ ਅਤੇ ਹੁਣ ਜਾ ਰਹੇ ਹਾਂ ਆਪਣੀ ਸਕੂਟਰੀ ਦੇ ਕੀ ਕਹਿੰਦਾ ਹਾਰਲੇ ਅਤੇ ਸੋਰੀ ਹਾਰਲੇ ਗਾਈ ਜੇ ਤੁਹਾਨੂੰ ਸਕੂਟਰੀ ਚਾਹੀਦੀ ਪਈ ਆ ਤੁਸੀਂ ਨਿਗਾਹ ਟੈਸਟ ਕਰਾਓ ਆਪਣੀ ਪਹੁੰਚ ਤਾਂ ਗਏ ਓਕੇ ਸੋਕੇ ਠੀਕ ਆ ਅਤੇ ਹੁਣ ਪਤਾ ਕਿਉਂ ਅਸੀਂ ਐ ਨੂੰ ਕਿਉਂ ਨਹੀਂ ਮੋੜਨਾ ਚਾਹੁੰਦੇ ਇਹਨਾਂ ਨੇ ਜੈਡ ਸਕਿਉਰਟੀ ਰੱਖੀ ਹੋਈ ਜੈਡ ਸਕਿਉਰਟੀ ਕਿੱਥੇ ਜੈਡ ਸਕਿਉਰਟੀ ਭਰਾਵਾ ਮੈਂ ਨਹੀਂ ਲੱਤ ਲੁੱਤ ਫੜ ਲਈ ਨਾ ਧੁੰਨੀ ਚ 14 ਲਵਾਉਣੇ ਪੈਣੇ ਮੈਂ ਤਾਂ ਮਾਮਾ ਕਰੋਨਾ ਟੀਕਾ ਵੀ ਨਹੀਂ ਲਵਾਇਆ ਤੇ ਨਹੀਂ ਲਾਦੇ ਅੱਛਾ ਠੀਕ ਆ ਸਹੀ ਆ ਦੋਵੇਂ ਇੱਕੋ ਜਿਹਾ ਹੀ ਆ ਜਲਦੀ ਜਲਦੀ ਚੇਤਾ ਭੁੱਲ ਗਿਆ ਕਿ ਹਾਂ ਵੀ ਬਲੌਗ ਸ਼ੁਰੂ ਵੀ ਕਰਨਾ ਤੋ ਆਪਾਂ ਬਲੌਗ ਸ਼ੁਰੂ ਕਰਨ ਵਾਲੀ ਜਿਹੜੀ ਕਿਰਕਿਰਿਆ ਕੀ ਕਹਿੰਦੇ ਹੁੰਦੇ ਆ ਪਰੰਪਰਾ ਸੋਰੀ ਪਰੰਪਰਾ ਹੁੰਦੀ ਕੀ ਹੁੰਦੀ ਸਾਰੇ ਕਹਿੰਦੇ ਹੁਣ ਤੂੰ ਵਲੌਗ ਨੀ ਪਾਉਂਦਾ ਵਲੌਗ ਨੀ ਪਾਉਂਦਾ ਮਿੱਤਰੋ ਜੀ ਅੱਜ ਓਦਾਂ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰਤੀ ਆਪਣਾ ਨੈਟ ਬਹੁਤ ਜ਼ਿਆਦਾ ਸਲੋ ਚੱਲ ਰਿਹਾ ਸੀ ਅਪਲੋਡਿੰਗ ਸਪੀਡ 0 ਸੀ ਲਗਭਗ ਅਤੇ ਆਪਾਂ ਸੋਚਿਆ ਨੈੱਟ ਤਾਂ ਚੱਲਣਾ ਨਹੀਂ ਹੈਗਾ ਕਿਉਂ ਨਾ ਆਪਾਂ ਮੂਵੀ ਦੇਖਣ ਚੱਲੀਏ ਅਤੇ ਅੱਜ ਆਪਾਂ ਮੂਵੀ ਦੇਖਣ ਚੱਲੇ ਹਾਂ ਤੁਣਕਾ ਤੁਣਕਾ ਬਹੁਤ ਬਹੁਤ ਸੁਣਿਆ ਉਹਦਾ ਰਿਵਿਊ ਬਹੁਤ ਜ਼ਿਆਦਾ ਘੈਂਟ ਆਪਾਂ ਪੋਸਟਰ ਦੇਖ ਕੇ ਹੀ ਮਤਲਬ ਬਹੁਤ ਜ਼ਿਆਦਾ ਅਟਰੈਕਟ ਹੋ ਗਈ ਸੀ ਕਿ ਹਾਂ ਵੀ ਇਹ ਮੂਵੀ ਦੇਖਣੀ ਦੇਖਣੀ ਆ ਭਾਵੇਂ ਜੋ ਮਰਜ਼ੀ ਹੋ ਜਾਵੇ ਜੇ ਹਾਲੀਵੁੱਡ ਦੀ ਮੂਵੀ ਹੁੰਦੀ ਉਹ ਤਾਂ ਆਪਾਂ ਡਾਊਨਲੋਡ ਕਰਕੇ ਦੇਖ ਲੈਣੀ ਸੀ ਪਰ ਨਹੀਂ ਇਹ 'ਚ ਮਿਹਨਤ ਲੱਗੀ ਆ ਉਹਦਾ ਮਿਹਨਤ ਤਾਂ ਉਹਨਾਂ ਦੀ ਵੀ ਲੱਗਦੀ ਆ ਪਰ ਉਹ ਕਿਹੜਾ ਆਪਣੇ ਮਾਮੇ ਦੇ ਮੁੰਡੇ ਉਹਦਾ ਮਾਮੇ ਦਾ ਮੁੰਡਾ ਇਹ ਵੀ ਨਹੀਂ ਹੈਗਾ ਬਟ ਸਟਿਲ ਕਹਿੰਦੇ ਇੱਕ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਅਤੇ ਅੱਜ ਅਸੀਂ ਦੇਖਣ ਚੱਲੇ ਹਾਂ ਤੁਣਕਾ ਤੁਣਕਾ ਲਾਸਟ ਮੂਵੀ ਦੇਖੀ ਸੀ ਆਪਾਂ ਚੱਲ ਮੇਰਾ ਪੁੱਤ 2 ਕੋਵਿਡ ਤੋਂ ਪਹਿਲਾਂ ਬੜੀ ਘੈਂਟ ਮੂਵੀ ਸੀ ਅਤੇ ਅੱਜ ਦੇਖਣ ਚੱਲੇ ਹਾਂ ਖਰੇ ਕਿੰਨਾ ਖਰੇ 1.5-2 ਸਾਲ ਬਾਅਦ ਦੇਖਣ ਚੱਲੇ ਹਾਂ ਮੂਵੀ ਅਤੇ ਬਹੁਤ ਜ਼ਿਆਦਾ ਐਕਸਾਈਟਡ ਹਾਂ ਨਾਲ ਆਪਣਾ ਜਰਮਨ ਭਰਾ ਵਾ ਆਪਣਾ ਕੰਗ ਭਰਾ ਵਾ ਨਾਲੇ ਮੈਂ ਕਿਹਾ ਥੋੜ੍ਹੀ ਆਊਟਿੰਗ ਹੋ ਜਾਊਗੀ ਥੋੜ੍ਹਾ ਮੂਡ ਫਰੈਸ਼ ਹੋ ਜਾਊਗਾ ਅਤੇ ਅੱਜ ਤੁਹਾਨੂੰ ਦੱਸਦੇ ਹਾਂ ਕੀ ਰਿਵਿਊ ਉਹਦਾ ਰਿਵਿਊ ਦੇਣ ਵਾਲੇ ਆਪਾਂ ਹੁੰਦੇ ਕੌਣ ਆ ਬਟ ਸਟਿਲ ਯੂਨੋ ਇਹ ਰਿਵਿਊ ਦੇਣਾ ਤਾਂ ਬਣਦਾ ਹੀ ਆ ਕਈ ਬੰਦੇ ਰਿਵਿਊ ਚੈੱਕ ਕਰਦੇ ਨਾ ਯੂਟਿਊਬ 'ਤੇ ਆਪਾਂ ਯੂਟਿਊਬ 'ਤੇ ਰਿਵਿਊ ਦੇਵਾਂਗੇ ਲਗੇ ਹੁਣ ਰਿਐਕਸ਼ਨ ਚੈਨਲ ਖੋਲ੍ਹਣਾ ਆਪਾਂ ਕਿ ਹਾਂ ਵੀ ਕਿੱਦਾਂ ਦੀ ਲੱਗੀ ਮੂਵੀ ਚਲੋ ਆ ਤੁਹਾਨੂੰ ਲੈ ਕੇ ਜਾਂਦੇ ਮੂਵੀ ਦੇਖਣ ਮੂਵੀ ਦੇਖਣ ਕਿੱਥੇ ਚੱਲੇ ਜਲੰਧਰ ਜਲੰਧਰ ਕਿੱਥੇ ਕਿਊਰੋ ਲੈਟਸ ਗੋ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਪਈ ਹੁੰਦੀ ਆ ਨਾ ਦੂਜੀ ਫਰੈਸ਼ਨਰ ਜੇ ਪਏ ਹੁੰਦੇ ਓਡੋਨੀਲ ਦੇ ਐਮ ਬੀ ਪਿਓਰ ਦੇ ਮੈਂ ਸਨੀ ਕੋ ਗੱਡੀ ਮੰਗ ਕੇ ਲਿਆ ਸਨੀ ਉਹਨਾਂ ਦੀ ਫਰਨੈਲ ਸਿੱਟੀ ਹੋਈ ਕਹਿੰਦਾ ਸਮੈਲ ਨਹੀਂ ਆਉਂਦੀ ਕਹਿੰਦਾ ਗੱਡੀ 'ਚ ਹੁੰਦਾ ਅਰੇ ਵਾਹ ਇਹ ਬੰਦਾ ਪਹਿਲੇ ਹੀ 2085 ਪਹੁੰਚਾ ਹੋਇਆ ਹੈ ਅਤੇ ਹੁਣ ਆਪਾਂ ਪਹੁੰਚ ਗਏ ਹਾਂ ਕਾਲੇ ਸੰਘਿਆ ਕਹਿੰਦੇ ਆਪ ਜਲੰਧਰ ਦੂਰ ਨਹੀਂ 16 ਕਿਲੋਮੀਟਰ ਰਹਿ ਗਿਆ ਟਾਈਮ ਦੀ ਕਮੀ ਹੋਣ ਕਰਕੇ ਸਵੇਰੇ ਜਲਦੀ ਨਿਕਲ ਗਏ ਘਰੋਂ ਅਤੇ ਹੁਣ ਭੁੱਖ ਲੱਗੀ ਅਤੇ ਆਏ ਹਾਂ ਕੈਫੇ ਨਿਊਯੋਰਕ ਅਤੇ ਕੁਛ ਹੈਲਦੀ ਹੋ ਜਾਵੇ ਮੈਂ ਕਹਿੰਦਾ ਹੈਲਦੀ ਹੋ ਜਾਵੇ ਹੈਲਦੀ ਅਤੇ ਮਿੱਤਰੋ ਸ਼ੋਅ ਦਾ ਟਾਈਮ ਸੀ 1:40 ਟਾਈਮ ਹੋ ਗਿਆ 1:20 ਅਤੇ ਇਹ ਹਜੇ ਪਤੰਦਰ ਆਇਆ ਹੀ ਨਹੀਂ ਹੈਗਾ ਇਹ ਕਦੇ ਵੀ ਟਾਈਮ ਸਿਰ ਨਹੀਂ ਆਉਂਦਾ ਇਹਨੂੰ ਜਦੋਂ ਮਰਜ਼ੀ ਫੋਨ ਲਾ ਲਈਏ ਨਾ 5 ਮਿੰਟ 10 ਮਿੰਟ ਹੋਰ ਕੀ ਅਸੀਂ ਇੰਨੀ ਦੂਰੋਂ ਆ ਕੇ ਲੁਧਿਆਣੇ ਟਾਈਮ ਸਿਰ ਪਹੁੰਚ ਜਾਈਦਾ ਪਰ ਇਹ ਪਤੰਦਰ ਤਾਂ 2 ਕਦਮ ਨਹੀਂ ਚੱਲ ਕੇ ਆ ਸਕਦਾ ਕਹਿੰਦੇ ਜਿਹੜਾ ਬੰਦਾ ਅੰਗਰੇਜ਼ੀ ਦੀ ਕਹਾਵਤ ਆ ਕਹਿੰਦੇ ਜਿਹੜਾ ਬੰਦਾ ਸਕਸੈਸਫੁਲ ਨਹੀਂ ਹੋ ਸਕਦਾ ਨਾ ਮਤਲਬ ਜਿਹੜਾ ਬੰਦਾ ਟਾਈਮ ਦੀ ਕਦਰ ਨਹੀਂ ਕਰ ਸਕਦਾ ਨਾ ਉਹ ਸਕਸੈਸਫੁਲ ਨਹੀਂ ਹੋ ਸਕਦਾ ਅੰਗਰੇਜ਼ੀ 'ਚ ਮੈਨੂੰ ਕਹਿਣਾ ਨਹੀਂ ਆਉਂਦਾ ਤੁਹਾਨੂੰ ਇੰਗਲਿਸ਼ 'ਚ ਕਹਿ ਹੋਣਾ ਹੀ ਪਰ ਇਹ ਇੰਗਲਿਸ਼ ਦੀ ਇੱਕ ਕਹਾਵਤ ਆ ਸੋ ਗਾਈਸ ਸਟੇ ਟਿਊਨਡ ਵੀਡੀਓ ਦੇਖੀ ਓ ਹਾਂ ਸੱਚ ਇੰਗਲਿਸ਼ ਤੋਂ ਜੇ ਤਾਂ ਆ ਯਹਾਂ ਪਰ ਇੱਦਾਂ ਕਰ ਦਿੰਦੇ ਨਾ ਯਹਾਂ ਪਰ ਉੱਪਰ ਆਈ ਬਟਨ ਪਰ ਮੇਰੀ ਇੰਗਲਿਸ਼ ਵਾਲੀ ਵੀਡੀਓ ਹੋ ਗਈ ਉਹ ਜ਼ਰੂਰ ਦੇਖਣਾ ਹਮਨੇ ਇੰਗਲਿਸ਼ ਬੋਲੀ ਲਗਾਤਾਰ 17 ਮਿੰਟ ਹੋਏ 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 ਤੋਬਾ 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 ਉਹ 17 ਮਿੰਟ ਸਾਡੇ ਇਹਨੇ ਕਾ ਓਕੇ ਸੀ ਨਾ ਵੀਡੀਓ ਆ 17 ਮਿੰਟ ਵੀਡੀਓ ਆ ਜਿਹੜੇ ਮੈਚ ਲਾਏ ਨਾ ਕਿਹਨੇ 4-5 ਘੰਟੇ ਮੈਚ ਲਾਏ ਜਿਹੜੇ ਹੋਏ 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 ਅੰਗਰੇਜ਼ੀ ਬੁਲਾਈ ਕਹਿੰਦੇ ਪੈਸੇ ਕੇ ਲਈ ਕਿਆ ਕੁਛ ਨਹੀਂ ਕਰਨਾ ਪੜਤਾ ਬਾਈ ਕਿਆ ਕੁਛ ਨਹੀਂ ਕਰਨਾ ਪੜਤਾ ਜੋਤੀ ਚੌਂਕ 'ਚੋਂ 150 ਰੁਪਏ ਦਾ ਸੈਂਟਰ ਲਿਆ ਸੀ ਡੀਓ ਮੈਂ ਆਪਦੇ ਪਿੰਡ ਦੇ ਪਾਉਣ ਲਈ ਕਿ ਐਵੇਂ ਸਾਰਾ ਦਿਨ ਵਧੀਆ ਵਧੀਆ ਫਰੈਗਰੈਂਸ ਆਊਗੀ ਪਰ ਪਤੰਦਰ ਨੇ ਗੱਡੀ 'ਚ ਫਰਨੈਲ ਹੀ ਨਹੀਂ ਸੁੱਟੀ ਹੋਈ ਹੁਣ ਲੀੜਿਆਂ 'ਚੋਂ ਵੀ ਸਮੈਲ ਆਉਣ ਲੱਗ ਪਈ ਕਿ ਹਾਂ ਵੀ ਫਰਨੈਲ ਪਾਈ ਹੁੰਦੀ ਸ਼ਾਇਦ ਫਰਨੈਲ ਨਾਲ ਆ ਗਿਆ ਬੰਦਾ ਸਨੀ ਨੋ ਗੁੱਡ ਅੱਜ ਆਪਾਂ ਕਹਿੰਦਾ ਪੱਲਿਓ 50-50 ਰੁਪਏ ਪਾ ਕੇ ਦੀ ਗੱਡੀ 'ਚ ਫਰੈਸ਼ਨਰ ਰੱਖਣਾ ਆਪਾਂ ਐਮ ਬੀ ਪਿਓਰ
चल मेरा पुत निकल गाड़ी तेरा बाई चलाएगा पता क्यों चलानी गड्डी क्यों चलानी उन्हें तेन पता लखनऊ वाले केस तो बाद चलाऊगा गड्डी जो सामने आ तो गई है दो चपेड़ा मारन वाला तो होगा अगे नहीं ये तक चपेट मारने वास्ते पौड़ी लानी पैनी लेट हो गए तो कोई चक्कर नहीं पांच मिनट मशहूरियां चलानी है मैं कहना लेट हो गए कोई चक्कर नहीं दो मिनट मशहूरियां चलानी है तेरे वालिया मैं हूं मुकेश मुझे है मुंह का कैंसर छड़ दे कूले पाजी मैं कहना चंगा रहेगा शुभरा पहुंचे हाँ ना जा तो जा तुर जा धी मैनू नहीं लगता कोई आया होगा ਉਹੀ ਬੁਕਿੰਗ ਹੋ ਗਈ ਮੋਰੇ ਇੰਨਾ ਘੱਟ ਖਾਣਾ ਖੜਾ ਕਿੱਥੇ ਆ ਜਿਹੜਾ ਮੋਰੇ ਖੜਾ ਹੀ ਨਹੀਂ ਬਾਹਰ ਗਈ ਮਾਕਸ ਤੋਂ ਕਹਿੰਦੇ ਬੁਕਿੰਗ ਪਹੁੰਚ ਰਹੀ ਹੋਈ ਹੈ ਨਹੀਂ ਨਹੀਂ ਉੱਪਰ ਵਾਲੀ ਬੁੱਕ ਕਰਾਈ ਆ ਹਾਂ ਹਾਂ ਇਹ ਕਿਰੋ ਆ ਕੰਗ ਇਹ ਆ ਉਹ ਹੈਡਕੁਆਟਰ ਖੋਲ ਗਿਆ ਇੱਥੇ ਲੈ ਬਹੁਗਾ ਖੁੱਲਾ ਤੈਨੂੰ ਪਤਾ ਹੀ ਨਹੀਂ ਨਾ ਹਾਂ ਨਹੀਂ ਬਹੁਤ ਹੈ ਬਹੁਤ ਹਾਏ ਹਾਏ ਉਹ ਟਿਕਟੌਕ ਸਟਾਰ ਵੀਡੀਓਜ਼ ਬਣ ਰਹੀ ਆ ਪਿਆਰੀ ਪਿਆਰੀ ਦੋ ਅੱਖੀਆਂ ਬਚਪਨ ਨਹੀਂ ਬਸਪਨ ਸੌਰੀ ਗਾਇਸ ਬੰਦ ਕਰਨਾ ਪਿਆ ਤੁਹਾਨੂੰ ਉਹਦਾ ਕਾਪੀਰਾਈਟ ਆਇਆ ਦਾ ਹੁੰਦਾ ਵੀਰੀ ਮੈਨੂੰ ਗੱਲ ਹਜੇ ਵੀ ਟਾਈਮ ਆ ਭੱਜ ਲਓ ਟਾਈਮ ਕੀ ਹੋ ਗਿਆ 150 ਹੋ ਗਏ ਉਹ ਇਹਨਾਂ ਦੀਆਂ ਨਾ ਟਿਕਟਾਂ ਹੋਣਗੀਆਂ ਬੁੱਕ ਹੱਦ ਹੋ ਗਈ ਹੈ ਤੁਸੀਂ ਲੇਡੀਜ਼ ਫਸਟ ਆਪਕੀ ਸੇਫਟੀ ਕੇ ਲੀਏ ਮਾਸਕ ਜ਼ਰੂਰੀ ਹੈ ਉਹ ਸਾਰੇ ਨੇ ਲਾਈ ਹੈ ਸਰ ਇੱਕ ਵਾਰ ਨਹੀਂ ਮੈਂ ਟੈਟਨਸ ਦੀ ਲਵਾਈ ਆ ਮੈਂ ਟੈਟਨਸ ਦੀ ਲਵਾਈ ਆ ਜਾਓ ਲਿਆਓ ਮਾਸਕ ਹੁਣ ਕੀ ਮੱਠਾ ਮੱਠਾ ਵੇਚ ਮੈਂ ਤੇਰਾ ਮਾਲ ਬੰਨ ਲੈਣਾ ਵਾ ਪਾਲਾ ਵਾਹ ਉਹ ਡਾਈਪਰ ਦੇ ਦਿੱਤੇ ਕੰਗ ਲਾ ਲਾ ਵਾਹ ਮਾਸਕ ਦੇ ਨਾਲ ਡਾਈਪਰ ਦੇ ਦਿੱਤੇ ਆ ਵਾਹ ਕੀ ਇੱਡਾ ਮਾਸਕ ਹੈ ਤੂੰ कुंडी खोलो अच्छा हैंड खोलनी है लेट हो गया मित्रों गल सुन ला मेरी अज तो बाद मेरे सामने साइकिल दा नाम नहीं लेना ਪੀਵੀਆਰ ਵਾਲੇ ਨੇ ਕੀ ਦੇਤਾ ਹੋਏ ਮਾਸਕ ਦੇ ਨਾਂ ਦੇ ਨਾਲ ਚੁੰਨੀ ਫੜਾ ਦਿੱਤੀ ਹੋਏ ਪ੍ਰੋਟੈਕਸ਼ਨ ਦੇ ਅੱਧੇ ਘੰਟੇ ਚ ਡਰਬਲ ਵੀ ਹੋ ਗਿਆ ਕੂ ਸਾਹਿਬ ਇਹ ਹੈਗੀ ਹੈ ਮੱਛਰਦਾਨੀ ਦਿੱਤੀ ਉਹਨਾਂ ਨੇ ਡਰਬਲ ਹੋਇਆ ਸੀਗਾ ਮੈਂ ਕਿਹਾ ਚਲੋ ਇੱਕ ਟੀ ਡੀ ਐਮ ਹੀ ਲਾ ਲਈਏ ਉਦੋਂ ਮੇਰਾ ਵੇਟ 55 ਕੇਜੀ ਸੀ ਯਾਨੀ ਆਲਮੋਸਟ 20-21 ਕਿਲੋ ਵਜ਼ਨ ਜਿਹੜਾ ਮੈਂ ਆਪਣਾ ਤੋੜਿਆ ਬੋਲਣ ਤੱਕ ਦੀ ਮੈਨੂੰ ਦਿੱਕਤ ਆਉਂਦੀ ਸੀ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇੱਕੋ ਹੀ ਰਿਕੁਐਸਟ ਆ ਕਿ ਐਪਰੀਸ਼ੀਏਟ ਜ਼ਰੂਰ ਕਰਿਓ ਬਾਕੀ ਉਦੋਂ ਤੱਕ ਚੜ੍ਹਦੀ ਕਲਾ 'ਚ ਰਹੋ ਥੈਂਕ ਯੂ ਓ ਇੰਟਰਵਿਊ ਲੈਣ ਆ ਜਾਂਦੀ ਤਾਂ ਕਹੀ ਜਾਵੇ ਇਹਨੂੰ ਕਿਤਾਬ ਲਾ ਕੇ ਜਾ ਕੂਸਾ
ਲੋਈ ਮੂਵੀ ਦੇਖ ਕੇ ਪ੍ਰਧਾਨ ਜੀ ਹੁਣੀ ਕਹਿੰਦੇ ਕਿੰਨੇ ਕਿਲੋ ਭਾਰ ਘਟਾਉਣ ਦਾ ਸੋਚਿਆ ਤੁਸੀਂ? ਪੂਰੇ 75 ਕਰ ਦੇਣਾ ਪੂਰੇ। ਓਕੇ ਭਾਜੀ ਓਕੇ ਥੈਂਕ ਯੂ ਜੀ। ਪੇਸ਼ੈਂਟ ਹੀ ਲੱਗੀ ਨਹੀਂ ਨਹੀਂ ਮਜ਼ਾਕ ਨਹੀਂ ਮਜ਼ਾਕ ਨਹੀਂ ਸਰੀਰ ਘਟਾਵਾਂਗੇ। ਹਾਂ ਨਹੀਂ ਤਾਂ ਦੱਸ ਜਿਮ ਕਿੱਦਣ ਤੋਂ ਲੱਗਣਾ? ਮੇਰੇ ਵੱਲ ਹੁਣੇ ਚੱਲ ਹੈ ਕੁਲ ਸਾਹਿਬ। ਚੱਲ ਤੂੰ ਵੀ ਇੱਥੇ ਮੈਂ ਵੀ ਇੱਥੇ, ਇਹਨੇ ਕਹਿਣਾ ਛੱਡ ਹੋਕਰ ਜਾਂਦੇ ਹਾਂ ਚਿਕਨ ਚੁਕਨ ਖਾ ਕੇ ਆਉਂਦੇ ਕਿ ਨਹੀਂ? ਪੀਜ਼ਾ ਖਾਂਦੇ ਪੀਜ਼ਾ। ਚੱਲ ਠੀਕ ਹੈ ਤੂੰ ਘਟਾਉਣੇ ਇਹਨਾਂ ਨੇ ਸਰੀਰ। ਮੂਵੀ ਬਹੁਤ ਸਰਾ ਸੀਗੀ ਤੇ ਆਹ ਹੁਣ ਕੋਲ ਸਾਹਿਬ ਹੋਣੀ, ਕੋਲ ਸਾਹਿਬ ਹੋਣੀ ਕਹਿੰਦੇ ਆ ਕਿ ਹੁਣ ਕਿਤੇ ਹੋਰ ਨਹੀਂ ਜਾਣਾ, ਸਿੱਧਾ ਜਿਮ ਚੱਲੋ, ਖਾਣ ਪੀਣ ਦਾ ਚਲੋ ਹੁੰਦਾ ਰਹੂਗਾ। ਕੋਲ ਸਾਹਿਬ ਦੱਸੋ ਸਰੀਰ ਕਿੱਦਾਂ ਦਾ ਕਿੱਦਾਂ ਦਾ ਬਣਾਉਣਾ ਹੁਣ ਆਪਣੀ ਜ਼ਿੰਦਗੀ ਦਾ ਕੀ ਗੋਲ ਆ? ਉਹਦਾ ਤਾਂ ਚੱਲ ਸੀਗਾ, ਉਹਨੇ ਸਾਈਕਲ ਚਲਾ ਕੇ ਮੈਡਲ ਲੈਣਾ ਸੀ, ਤੂੰ ਦੱਸ ਤੇਰਾ ਕੀ ਗੋਲ ਆ? ਰਿਵਿਊ ਟਾਈਮ ਕਹਿੰਦੇ ਜੀ ਰਿਵਿਊ ਦੋ ਸਾਰੇ ਜਾਣੇ ਜੇ ਦੀ ਵੇਟ ਸੀਗੀ ਮੂਵੀ, ਸੱਚੀ ਬਹੁਤ ਸੋਹਣੀ ਮੂਵੀ ਆ। ਹਾਂ ਵੀ ਬਾਈ ਜੀ ਉਹ ਭਰਾਵਾ ਸੀਰੀਅਸ ਹੋ ਗਏ ਸਾਲਾ ਕੱਚਾ। ਮਿੱਤਰੋ ਜੇ ਰਿਵਿਊ ਦੀ ਗੱਲ ਕਰੀਏ ਤਾਂ ਮੂਵੀ ਬਹੁਤ ਵਧੀਆ ਆ ਅਤੇ ਸਾਡੀ ਤਾਂ ਇੰਟਰਵਿਊ ਵੀ ਲਈ, ਪਤਾ ਨਹੀਂ ਕਿਹੜੇ ਚੈਨਲ ਵਾਲੇ ਆਏ ਕਹਿੰਦੇ ਹਾਂ ਵੀ ਦੱਸੋ ਕਿੱਦਾਂ ਲੱਗੀ। ਉਦੋਂ ਮੈਂ ਜਜ਼ਬੇ ਜਜ਼ਬੇ 'ਚ ਸਾਹ ਕਰਾਂ ਕੋਲ ਦੱਸਤਾ ਕਿ ਹਾਂ ਵੀ ਮੂਵੀ ਬਹੁਤ ਮੋਟੀਵੇਸ਼ਨਲ ਆ। ਹਾਂ ਬਾਈ ਜੀ ਹੁਣ ਚੇਤਾ ਭੁੱਲ ਗਿਆ, ਬਾਈ ਜੀ ਤੁਸੀਂ ਦੱਸੋ। ਬਹੁਤ ਵਧੀਆ ਮੂਵੀ ਆ, ਹਾਂ ਦੇਖਣੀ ਚਾਹੀਦੀ ਆ। ਹਾਂ ਤੂੰ ਦੱਸ, ਮੋਟੀਵੇਸ਼ਨ ਮਿਲਦਾ ਵਾ। ਮੈਂ ਕੀ ਦੱਸਾਂ ਮਿੱਤਰ ਨਾ ਬੱਚੀ ਬਹੁਤ ਜ਼ਿਆਦਾ ਮਿਹਨਤ ਲੱਗੀ ਯਾਰ ਬੰਦੇ ਦੀ, ਮਤਲਬ ਇੱਕ ਵਾਰੀ ਨਾ ਬੰਦੇ ਨੂੰ ਫੀਲ ਆਉਂਦਾ ਕਿ ਹਾਂ ਯਾਰ ਬੰਦੇ ਨੂੰ ਦੇਖਦਾ ਕਿ ਹਾਂ ਵੀ ਕਿੰਨੀ ਮਿਹਨਤ ਲੱਗੀ ਬੰਦੇ ਦੀ। ਬਾਈ 21 ਕਿਲੋ ਭਾਰ ਤੋੜਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। 75 ਕੇਜੀ ਵੇਟ ਸੀਗਾ ਤੇ ਉਹਦਾ ਮਿਹਨਤ ਨੂੰ ਤੇ ਸਾਰਿਆਂ ਨੂੰ ਰਿਕੁਐਸਟ ਆ ਪਾਇਰੇਸੀ ਦੇ ਚੱਕਰ ਨੂੰ ਛੱਡੋ, ਤੁਸੀਂ ਇੱਕ ਵਾਰੀ ਮੂਵੀ ਜ਼ਰੂਰ ਦੇਖ ਆਓ ਯਾਰ, ਇੰਨਾ ਕੁ ਤਾਂ ਬਣਦਾ ਯਾਰ। 100 ਮੋਟੀਵੇਸ਼ਨ ਮਿਲੂਗੀ ਇਹੋ ਜਿਹੀਆਂ ਫਿਲਮਾਂ ਬਣਾਉਣ ਦੇ ਵਿੱਚ ਤੇ ਸਾਰੇ ਵਾਲੀ ਜ਼ਰੂਰ ਦੇਖ ਕੇ ਆਏ। ਉਹ ਆਹੀ ਸਾਰਾ ਮੋਟੀਵੇਸ਼ਨ ਨਾਲ ਤੇ ਮੈਂ ਰਾਜਕੁੰਦਰਾ ਦੀ ਗੱਲ ਕਰਦਾ ਪਿਆ ਨਹੀਂ, ਮੈਂ ਰਾਜਕੁੰਦਰਾ ਦੀ ਗੱਲ ਕਰਦਾ, ਹਰਦੀਪ ਗਰੇਵਾਲ ਦੀ ਗੱਲ ਕਰ ਰਿਹਾ ਮੈਂ। ਖਾਵਾਂਗੇ ਨੂਟਰੀ ਕੁਲਚਾ ਬੱਸ ਸਟੈਂਡ ਦੇ ਕੋਲ, 35 ਰੁਪਏ ਦੀ ਪਲੇਟ। ਕਿੱਦਾਂ ਲੱਗੀ ਸਕੀਮ? ਚਿੱਟੇ ਰੰਗ ਦੇ ਲੈਣੇ ਆ ਮੇਰਾ ਦੋਸਤ ਕਹਿੰਦਾ, ਤੇ ਮੈਂ ਕਿਹਾ ਹੁਣ ਮੈਂ ਵੀ ਆਪਾਂ ਵੀ ਵਾਈਟ ਕਲਰ ਦੇ ਨਾਈਕ ਏਅਰ ਫੋਰਸ ਲੈ ਕੇ ਆਉਣੇ ਆ ਤੇ ਕੀ ਹੋ ਗਿਆ ਯਾਰ, ਕੀ ਹੋ ਗਿਆ? ਮਾਰ ਦੇਣਾ ਸੀ ਉਹਦੇ ਵਿੱਚ ਯਾਰ, ਲਾਉਣੀ ਨਹੀਂ ਯਾਰ।
ਗੁੱਸਾ ਬਹੁਤ ਛੇਤੀ ਖਾਂਦਾ ਇੱਕ ਤਾਂ ਇਹ ਗੱਲ ਦਾ ਕਿ ਨਹੀਂ ਆਹ ਬੂਟਾਂ ਦੀ ਗੱਲ ਕਰਦਾ ਸੀ ਮੈਂ ਕਿਹਾ ਯਾਰ ਏਦਾਂ ਦੇ ਵਾਈਟ ਵੀ ਹੋ ਜਾਣੇ ਕਿ ਨਹੀਂ ਲੈਟਸ ਗੋ ਵਾਪਸ ਭੇਜਦਾ ਕਹਿੰਦੇ ਵਾਪਸ ਚਲੋ ਕਹਿੰਦੇ ਤੁਸੀਂ ਪਿਛਲੀ ਵਾਰੀ ਗੰਦ ਪੋ ਪਾ ਗਏ ਅਸੀਂ ਧੱਕੇ ਮਾਰ ਕੇ ਬਾਹਰ ਕੱਢਿਆ ਸਾਨੂੰ ਚਲੋ ਚੱਲੀਏ ਯਾਰ ਬਹੁਤ ਕਹਿੰਦੇ ਤੂੰ ਬੇ ਆ ਗਿਆ ਉਹ ਬਾਰੀ ਖੋਲ ਹੰਗਰੀਟੋ ਤੋਂ ਧੱਕੇ ਖਾ ਕੇ ਅਸੀਂ ਚੱਲੇ ਆ ਮਕਦੋਲੰਡ ਕਿੱਥੇ ਚੱਲੇ ਮਕਦੋਲੰਡ ਹੀ ਸਹੀ ਰਹਿਣਾ ਆਪਾਂ ਨੂੰ ਭਰਾਵਾ ਉੱਥੇ ਸੀਟਾਂ ਤਾਂ ਹੁੰਦੀਆਂ ਧੱਕੇ ਮਾਰ ਕੇ ਬਾਹਰ ਤਾਂ ਨਹੀਂ ਕੱਢ ਦਿਓ ਅਸੀਂ ਤਾਂ ਕਿਹਾ ਸੀ ਕਿ ਦਰੀ ਦੁਰੀ ਲਵਾ ਦਿਓ ਇੱਥੇ ਅਸੀਂ ਥੱਲੇ ਮੈਟ ਵਿਛਾ ਦਿਓ ਚਟਾਈ ਅਸੀਂ ਥੱਲੇ ਬਹਿ ਕੇ ਖਾ ਲਾਂਗੇ ਕਹਿੰਦੇ ਨੋ ਸਰ ਇਟਸ ਅਬਾਊਟ ਆਵਰ ਰੂਲਸ ਐਂਡ ਰੂਲਸ ਟਰਮਸ ਐਂਡ ਕੰਡੀਸ਼ਨ ਰੈਗੂਲੇਟਰ ਸੀ ਨਾ ਦੋ ਬੈਠੇ ਜੀ ਹਾਂ ਉਹਨਾਂ ਨੂੰ ਦੋ ਵਾਲੇ ਦੇ ਪਾ ਇਹ ਹੋਣਾ ਚਾਹੀਦਾ ਤੂੰ ਖੋਲ ਆਗਾ ਢਾਬਾ ਚਲੋ ਮਾਡਲ ਟਾਊਨ ਓਏ ਚਲੋ ਮਾਡਲ ਟਾਊਨ ਖਾਣਾ ਕੀ ਆ ਕਿਸ ਮਾਰਕੀਟ ਕਿਸ ਮਾਰਕੀਟ ਕਿਸ ਮਾਰਕੀਟ 40% ਆਫ ਦੇ ਇੱਕ ਚੋਬਰ ਨਾਲ ਹੀ ਵੜਨ ਲੱਗੇ ਕਹਿੰਦੇ ਨਾਈਕੀ ਵਾਲਿਆਂ ਨੇ ਜਾਣਾ ਕਿੱਥੇ ਜਾਣਾ ਅੱਛਾ ਮਤਲਬ ਇਹ 40% ਤੱਕ ਛੋਟ ਦੇ ਸਕਦੇ ਆ ਲੈਟਸ ਗੋ ਚਲੋ ਦੇਖਦੇ ਆ ਇੱਕ ਚੀਜ਼ ਤੇ ਹੋਵੇ ਅੱਛਾ ਯਾਰ ਸਪੋਰਟਸ ਨਹੀਂ ਯਾਰ ਫੋਰਸ 에ਅਰ ਫੋਰਸ ਅੱਛਾ ਯਾਰ ਦੇਖ ਮੇਰੀ ਗੱਲ ਸੁਣ ਕਹਾਂ ਪਹਿਲਾਂ ਆਪਾਂ ਕਿੱਥੇ ਗਏ ਸੀ ਹੰਗਰੀਟੋ ਇਹਦੀ ਸ਼ਕਲ ਦੇ ਕੇ ਉੱਥੋਂ ਵੀ ਕੱਢਤਾ ਇੱਥੋਂ ਵੀ ਕੱਢਤਾ ਜਿਹੜੀ ਚੀਜ਼ ਚਾਹੀਦੀ ਉਹ ਮਿਲਦੀ ਨਹੀਂ ਕਹਿੰਦੇ ਨਹੀਂ ਕਹਿੰਦੇ ਸੌਰੀ ਇਹ ਨਹੀਂ ਮਿਲੇਗੀ ਆਪਕੋ ਆਪਣੀ ਪਸੰਦ ਚੰਡੀਗੜ੍ਹ ਸਹੀ ਗੱਲ ਆ ਚੰਡੀਗੜ੍ਹ ਹੀ ਦਫਾ ਹੋਣਾ ਪੈਣਾ ਵਾ ਚੱਲੀਏ ਓਏ ਹੈਗੇ ਪੈਸੇ ਮੇਰੇ ਕੋਲ ਹੈਗੇ ਪੈਸੇ ਤਾਂ ਚੱਲ ਹੈਗੇ ਉਹ ਗੱਡੀ ਜਿਹਦੀ ਮੰਗ ਕੇ ਲਏ ਆਪਾਂ ਫਰਨੈਲ ਵਾਲੀ ਉਹ ਖੜੀ ਰਹਿੰਦੇ ਨੇ ਕੱਲ੍ਹ ਚੱਕ ਲੈ ਇਹ ਵੀ ਇੱਥੇ ਸਾਰੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਲਿਖ ਕੇ ਤੇ ਮੈਂ ਵੀ ਲਿਖਣਾ ਵਾ ਭਾਈ ਦੋ ਯਾਰ ਸਾਨੂੰ ਵੀ ਮੌਕਾ ਅਸੀਂ ਵੀ ਲਿਖੀਏ ਕੁਛ ਲਿਖਣਾ ਕਾਹਦੇ ਦੇ ਇੱਥੇ ਲਿਖ ਦਈਏ ਚਲੋ ਇੱਥੇ ਲਿਖ ਦਿੰਦੇ ਹਾਂ ਹਨਾ ਪਿਆਰ ਮੇਂ ਦੁੱਖਾ ਮਿੱਤਰੋ ਨਾਈਕੀ ਤੋਂ ਕੁਛ ਮਿਲਿਆ ਨਹੀਂ ਹੁਣ ਚਲੋ ਅੰਡਰ ਆਰਮਰ ਲੈਣਾ ਤਾਂ ਚਲੋ ਕੁਛ ਹੈ ਨਹੀਂ ਗਾ ਮੈਂ ਕਿਹਾ ਚਲੋ ਦੇਖ ਹੀ ਆਈਏ ਕਿੱਦਾਂ ਦੇ ਲੀੜੇ ਵੇਚਦੇ ਆ ਇਹ ਕਿੱਦਾਂ ਲੱਗੀ ਤੂੰ ਦੱਸ ਦੇਖਣ ਵਾਲੇ ਨੂੰ ਵਧੀਆ ਲੱਗਣੀ ਚਾਹੀਦੀ ਓਕੇ ਲੈਟਸ ਗੋ ਕਿੱਦਾਂ ਨਹੀਂ ਪਸੰਦ ਆਈ ਹੁਣ ਜੇ ਇਹਨੇ ਇਸ ਚੀਜ਼ ਨੂੰ ਵੀ ਨਹੀਂ ਦਿੱਤਾ ਨਾ ਤਾਂ ਇਹਦੇ ਛਿੱਤਰ ਹੀ ਆ ਰਮਨ ਕਲਰ ਤਾਂ ਫੇਰ ਉਹੀ ਲੈ ਲਿਆ ਸਾਲਿਆ ਕਲਰ ਉਹੀ ਨਹੀਂ ਪਿੱਛੋਂ ਦੇਖ ਤੁਰ ਜਾ ਆ ਚੱਕੀ ਹੈ ਚੱਲ ਠੀਕ ਆ ਕੋਈ ਗੱਲ ਨਹੀਂ ਇਹ ਕਿਹੜਾ ਪਰਚੀਆਂ ਦਾ ਹਿਸਾਬ ਤਾਂ ਰੱਖਣਾ ਹੁੰਦਾ ਜੀ ਹਾਂਜੀ ਇੱਦਾਂ ਹੀ ਪਈ ਰਹਿੰਦੀਆਂ ਵਾਲਟ 'ਚ ਲਓ ਵੀ ਕਹਿੰਦੇ ਬਹੁਤ ਅੜਕਦਾ ਪਿਆ ਜੀ ਅੱਖਾਂ 'ਚ ਅੰਡਰ ਆਰਮਰ ਲੈ ਕੇ ਗਈ ਆਏ ਇੱਕ ਬਣੈਣ ਦੇ ਚੱਪੜਾਂ ਆਹ ਥੂ ਕੋਚ ਸਾਹਿਬ ਹਾਂ ਉਹ ਬੇੜਾ ਪੈ ਜਾਵੇ ਉਹ ਮੋਦੀ ਦਾ ਦੂਜੀ ਵਾਰੀ ਪਾਉਣ ਲੱਗੇ ਆ ਤੇਲ ਅੱਗੇ ਕਿਤੇ ਇੱਕ ਵਾਰੀ ਸਰ ਜਾਂਦਾ ਸੀਗਾ ਹੁਣ ਕਹਿੰਦੇ ਫੇਰ
ਗੱਡੀ ਟੂੰ ਟੂੰ ਕਰਨ ਲੱਗ ਪਈ। ਕਹਿੰਦੇ ਜਦ ਕਿਸ਼ਤਾਂ ਤੇਲ ਪਾਉਣਾ ਤਾਂ ਦੋ ਵਾਰੀ ਪਾਉਣਾ ਪੈਂਦਾ ਹੁੰਦਾ। ਐਵਰ ਮਾਈਂਡ ਮੋਦੀ ਨੂੰ ਕਿਸੇ ਗਾਲ ਨਹੀਂ ਕੱਢਣੀ। ਲੈ ਮੰਮੀ ਅੱਜ ਫੇਰ ਸ਼ੋਪਿੰਗ ਕਰ ਰਹੇ ਹਾਂ ਆਪਾਂ। ਉੱਦਾਂ ਅੱਜ ਕੀ ਲਿਆਇਆ ਫਿਰ? ਅੱਜ ਅੱਜ ਚੱਪਲਾਂ ਸੋਹਣੀਆਂ ਲੱਗੀਆਂ ਸੀਗੀਆਂ। ਮੈਨੂੰ ਛਿੱਤਰ ਖਾਣ ਦਾ ਬਹੁਤ ਸ਼ੌਂਕ ਸੀਗਾ ਨਾ, ਤਾਂ ਕਰਕੇ ਛਿੱਤਰ ਪਾਉਣ ਦਾ ਸ਼ੌਂਕ ਵੀ ਉੱਦਾਂ ਹੀ ਵਧੀ ਗਿਆ। ਬੜੀ ਸੋਹਣੀਆਂ ਚੱਪਲਾਂ, ਸਸਤੀਆਂ ਨਹੀਂ ਹੁੰਦਾ। ਘਰੋਂ ਮੈਂ ਤਾਂ ਸਪਰਾਈਟ ਲੈਣ ਹੀ ਗਿਆ ਸੀਗਾ, ਫਿਰ ਮੈਨੂੰ ਆਹ ਪਸੰਦ ਆ ਗਿਆ, ਫਿਰ ਕਾਹ ਵਾ ਕੋਈ ਟੀ ਸ਼ਰਟ ਜੀ ਇੱਕ ਹੋਰ ਆ। ਚਲੋ ਛੱਡੋ, ਹੋਰ ਸੁਣਾਓ ਵਧੀਆ। ਨੈਵਰ ਮਾਈਂਡ। ਲੋ ਮਿੱਤਰੋ ਆ ਗਏ ਵਾਪਸ ਘਰੇ, ਅਤੇ ਹੁਣ ਆਪਾਂ ਨੈੱਟ ਚੈੱਕ ਕਰੀਏ, ਜੇ ਤਾਂ ਅਪਲੋਡਿੰਗ ਸਪੀਡ ਸਹੀ ਹੋਈ ਫਿਰ ਆਪਾਂ ਸਟ੍ਰੀਮ ਕਰਾਂਗੇ, ਅਤੇ ਨਹੀਂ ਤਾਂ ਕੋਈ ਵੀਡੀਓ ਐਡਿਟ ਕਰਕੇ ਅਪਲੋਡ ਕਰ ਦਾਂਗੇ। ਅਤੇ ਉਮੀਦ ਕਰਦੇ ਹਾਂ ਅਪਲੋਡਿੰਗ ਸਪੀਡ, ਨਹੀਂ ਤਾਂ ਹੁਣ ਨੈੱਟ ਪਲੱਸ ਵਾਲਿਆਂ ਦੇ ਘਰ ਜਾ ਕੇ ਉਹਨਾਂ ਨੂੰ ਇੱਦਾਂ ਕਹੀਏ ਵੀ ਪੁੱਟ ਗਾਲਾਂ ਕੱਢ ਕੇ ਆਉਣੀਆਂ, ਭੈਣ ਨੈੱਟ 'ਚ ਲਾ ਦਿਉ, ਇੰਨੇ ਪੈਸੇ ਲਾਤੇ ਆ। ਓਹੋ ਡਾਊਨਲੋਡਿੰਗ ਤਾਂ ਬਹੁਤ ਆ। ਆਈਏ ਆਈਏ ਬਣ ਗਈ ਗੱਲ ਅਪਲੋਡਿੰਗ ਵਾਲੀ ਵੀ। ਅਤੇ ਓਕੇ ਗਾਇਸ, ਅਤੇ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ। ਜੇ ਤੁਹਾਨੂੰ ਵਲੋਗ ਵਧੀਆ ਲੱਗਾ ਤਾਂ ਪਲੀਜ਼ ਮੇਕ ਸ਼ੋਰ ਯੂ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ। ਅਤੇ ਟਿਲ ਦੈਨ ਗੁੱਡ ਨਾਈਟ, ਲਵ ਯੂ ਆਲ, ਸਵੀਟ ਡ੍ਰੀਮਸ, ਹੈਵ ਗੁੱਡ, ਡੂ ਗੁੱਡ, ਹੈਵ ਗੁੱਡ, ਐਂਡ ਬਸ ਖਿੱਚ ਕੇ ਰੱਖੋ ਕੰਮ। ਥੈਂਕ ਫੋਰ ਵਾਚਿੰਗ। Bring him from the yard.